ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਪਹੁੰਚਿਆ ਦੋਸਤੋ ਪਿੰਡ ਸੁਰ ਸਿੰਘ, ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨ ਤਾਰਨ ਸਾਹਿਬ ਲੱਗਦਾ। ਵੀਰ ਗੁਰਲਾਲ ਉਹਨਾਂ ਦੇ ਘਰ ਆਏ ਹਾਂ ਦੋਸਤੋ। ਪਸ਼ੂ ਵਪਾਰ ਦਾ ਕੰਮ ਕਰਦਾ ਵੀਰ, ਸੋ ਜਿੱਦਾਂ ਕਿ ਸਾਰੇ ਭਰਾ ਜਾਣਦੇ ਹੀ ਆ। ਇਸ ਕਰੋ ਦੋਸਤੋ, ਪਹਿਲਾਂ ਵੀ ਆਪਾਂ ਕਾਫੀ ਵੀਡੀਓ ਪਾਈਆਂ ਨੇ, ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਸਮੇਂ ਸਮੇਂ ਦੇ ਨਾਲ। ਜਦੋਂ ਕੋਈ ਚੰਗੇ ਪਸ਼ੂ ਆਉਂਦੇ ਆ ਦੋਸਤੋ ਵਿਕਰੀ ਵਾਲੇ, ਤੁਹਾਡੇ ਸਾਹਮਣੇ ਆਪਾਂ ਪੇਸ਼ ਕਰ ਦਿੰਦੇ ਹਾਂ। ਅੱਜ ਇਸ ਵੀਡੀਓ ਦੇ ਵਿੱਚ ਦੋ ਐਨੀਮਲ ਤੁਹਾਨੂੰ ਦਿਖਾਉਣੇ ਆ। ਇੱਕ ਰਾਠੀ ਦੋਸਤੋ ਕ੍ਰੋਸੰਗ ਦੇ ਵਿੱਚ ਇਹ ਬੈਠ ਤੁਹਾਨੂੰ ਦਿਖਾਵਾਂਗੇ, ਤੇ ਇੱਕ ਨੀਲੀ ਰਾਵੀ ਦੇ ਵਿੱਚ ਦੋਸਤੋ ਇਹ ਝੋਟੀ ਦਿਖਾਵਾਂਗੇ। ਪਸ਼ੂ ਦੋਨੋਂ ਗੱਭਣ, ਪੂਰੀ ਡਿਟੇਲ ਵੀਰ ਗੁਰਲਾਲ ਦੇ ਨਾਲ ਪੂਰੀ ਗੱਲਬਾਤ ਕਰਕੇ ਆਪਾਂ ਜਾਣਕਾਰੀ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ। ਇਸ ਕਰਕੇ ਮੇਰਾ ਵੀਰ ਕੋਈ ਦੋ ਬਿਲਕੁਲ ਆਪਣੀ ਚੌਂ ਥਣ ਦੇ ਟਿੱਪ ਕੇ ਭਰਾ ਕੇ ਆ, ਉਹ ਤੁਸੀਂ ਤਸੱਲੀ ਕਰਨੀ ਆਪਣਾ ਹੱਕ ਸਮਝ ਕੇ, ਠੀਕ ਹੈ ਜੀ। ਤੇ ਆਓ ਲੈਂਦੇ ਆ ਵਧੇਰੇ ਡਿਟੇਲ, ਕਰਦੇ ਹਾਂ ਗੱਲਬਾਤ ਵੀਰ ਗੁਰਲਾਲ ਦੇ ਨਾਲ। ਸਭ ਤੋਂ ਪਹਿਲਾਂ ਵੀਰ ਗੁਰਲਾਲ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸੰਧੂ ਸਾਹਿਬ ਜੀ, ਠੀਕ ਠਾਕ ਜੀ? ਬਹੁਤ ਵਧੀਆ ਵੀਰ ਜੀ, ਠੀਕ ਠਾਕ। ਹਾਂਜੀ, ਬੜੀ ਕਿਰਪਾ ਵਾਹਿਗੁਰੂ ਦੀ ਜੀ। ਠੀਕ ਹੈ ਜੀ। ਹਾਂਜੀ, ਚੜ੍ਹਦੇ ਵੀ ਗੁਰਲਾਲ ਵੀਰ, ਪਸ਼ੂ ਤੁਸੀਂ ਦੱਸਿਆ ਵੀ ਯਾਰ ਆਉਂਦੇ ਆ, ਵੇਖ ਜਾਂਦੇ ਆ। ਹਾਂਜੀ ਸੰਧੂ ਸਾਹਿਬ, ਕੱਲ ਵੀ ਇਕੱਠੇ ਹੁੰਦੇ ਨੀਗੇ, ਮਹਾਰਾਜ ਦੀ ਮਿਹਰ ਵਾ, ਕੱਲ ਵੀ ਤੁਸੀਂ ਲਾ ਕੇ ਚ ਆਏ। ਚਲੋ ਇੱਥੇ ਮਾਣੇ ਮੱਲੀ ਆਏ ਹੋ। ਹਾਂਜੀ ਹਾਂਜੀ। ਤੇ ਉਹ ਤੁਹਾਡੇ ਜਿੰਨੇ ਚਿਰ ਨੂੰ ਤੁਸੀਂ ਵਾਪਸੀ ਕੀਤੀ ਉਹਨੇ ਚਿਰ ਨੂੰ ਪਸ਼ੂ ਆਉਂਦੇ ਨੂੰ ਵੇਖੇ, ਤੁਹਾਡੇ ਸਾਹਮਣੇ ਤੁਸੀਂ ਆਏ ਵੀ, ਤੁਹਾਡਾ ਜੀ ਆਇਆਂ ਨੂੰ ਜਿਹੜੀ ਗੱਲ। ਅੱਜ ਵੀ ਕਰਮ ਵਾਲੀਆਂ ਤਿੰਨ ਵਹਿੜਾਂ ਸੀ ਤੇ ਇੱਕ ਮੈਂ ਸੀ, ਦੋ ਵਹਿੜਾਂ ਪਹਿਲਾਂ ਵੇਗੀਆਂ। ਆ ਵੀ ਵਹਿੜ ਹੁਣ ਤੁਸੀਂ ਸੌਦਾ ਕਰਾਇਆ ਹੁਣੇ ਤੁਹਾਡੇ ਪਿੰਡ ਦੇ ਵੀਰ ਜਿੰਨਾ ਲਈ ਆ। ਠੀਕ ਆ ਜੀ। ਹਾਂਜੀ, ਹੁਣ ਉਹ ਕੱਲੀ ਮੈਂ ਹੀ ਰਹਿ ਗਈ ਆਪਣੇ ਤੋਂ। ਬਿਲਕੁਲ ਬਿਲਕੁਲ। ਹਾਂਜੀ ਹਾਂਜੀ। ਅਬ ਤੁਸੀਂ ਪਸ਼ੂ ਵੈਸੇ ਦੋ ਚਾਰ ਨਾਗ ਹੀ, ਘੱਟੋ ਘੱਟ ਕਿਹੜਾ ਚਾਰ ਨਾਗ ਵੀ, ਕਿਹੜਾ ਪੰਜ ਨਾਗ ਵੀ ਹੁੰਦੇ ਆ। ਫਿਲਹਾਲ ਜਿਹੜਾ ਦੋਸਤੋ ਵੀਰਾਂ ਦਾ ਕੰਟੈਕਟ ਕਾਫੀ ਬਣਿਆ, ਸੇਲ ਜਿਹੜੇ ਹੋ ਜਾਂਦੇ ਆ ਪਸ਼ੂ, ਤੇ ਜਦੋਂ ਵੀਰ ਦਾ ਮਨ ਕਰੇ ਤੇ ਉਦੋਂ ਬਿਲਕੁਲ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦੇ ਆ। ਇੱਕ ਝੋਟੀ ਦਿਖਾ ਦਾਂਗੇ ਇਸ ਵੀਡੀਓ ਵਿੱਚ, ਜਿਹੜੀ ਵੈੜ ਦੋਸਤੋ ਇਹ ਸੇਲ ਹੋ ਚੁੱਕੀ ਆ, ਪਰ ਪੂਰੀ ਡਿਟੇਲ ਤੁਹਾਨੂੰ ਆਪਾਂ ਇਹਦੀ ਵੀ ਦੱਸ ਦਾਂਗੇ ਵੈਸੇ। ਅੱਛਾ, ਤੇ ਗੁਰਲਾਲ ਸ਼ੁਰੂਆਤ ਇਸੇ ਵੈੜ ਤੋਂ ਕਰ ਲਈ, ਇਹ ਸੇਲ ਹੋ ਗਈ ਵੈਸੇ? ਇਹ ਸੰਧੂ ਸਾਹਿਬ ਦੂਜਾ ਸੂਏਅਰ ਕੀ ਸੁਣੀ ਸੀ। ਹਾਂਜੀ, ਪਹਿਲੇ ਸੂਏ ਦਾ ਰਿਕਾਰਡ ਰਿਹਾ 16 17 ਕਿਲੋ ਦਾ। 16 17। ਹਾਂਜੀ, ਇਹ ਸ਼ਾਹੀ ਆਲ ਤੇ ਰਾਠੀ ਦਾ ਕ੍ਰੋਸ ਸੀ ਥੋੜਾ ਜਿਹਾ। ਠੀਕ ਹੈ। ਬਾਕੀ ਠੰਡੀ ਠੁੰਡੀ ਬਹੁਤ ਜ਼ਿਆਦਾ ਹੀ ਕਰਮ ਵਾਲੀ, ਕੋਈ ਇਹੋ ਜਿਹੀ ਗੱਲ ਨਹੀਂ ਸੀ। ਠੀਕ ਹੈ ਜੀ। ਹਾਂਜੀ ਹਾਂਜੀ। ਲਓ ਦੋਸਤੋ, ਦੂਜਾ ਸੂਬਾ ਸੂਣ ਵਾਲੀ ਸੀਗੀ ਤੇ ਦਿਨ ਵੈਸੇ ਤਿਆਰੀ ਵਾਲੀ ਇਹਦੇ। ਇਹ ਸੰਧੂ ਸਾਹਿਬ ਅਜੇ 5 4 ਦਿਨ ਲੈਂਦੀ ਸੀ, 4 ਤਰੀਕ ਨੂੰ ਉਤਰਾ ਤੇ ਦਿਨ ਪੂਰੇ ਹੀ। ਠੀਕ ਹੈ ਜੀ। ਬਾਕੀ ਠੰਡੀ ਠੁੰਡੀ ਬਹੁਤ ਜ਼ਿਆਦਾ ਹੀ। ਓਕੇ। ਹਾਂਜੀ, ਕਰਮ ਵਾਲੀ ਨਾ ਕਈ ਹੁੰਦੀਆਂ, ਇਹ ਰੰਗ ਥੋੜਾ ਜਿਹਾ ਕਾਲਾ ਪੈ ਜਾਂਦਾ ਪਰ ਨਹੀਂ, ਬਹੁਤ ਜ਼ਿਆਦਾ ਠੰਡੀ ਸੀਲ ਸਲਾਗੇ। ਲਓ ਵੀ ਬਰਾਬਰ। ਹਾਂਜੀ। ਸੋ ਕਰਮ ਵਾਲੀ ਦੋਸਤੋ ਹੈ ਬੜੀ ਠੰਡੀ ਤੇਰੀਆ ਸੀਲ ਸਲਾਗਾ, ਰਾਠੀ ਤੇ ਸ਼ਾਹੀਵਾਲ ਦਾ ਕ੍ਰੋਸਪਨ ਇਸ ਵੈੜ ਦੇ ਵਿੱਚ ਆ। ਸੋ ਹਵਾਨਾ ਲੇਵਾ ਤੁਸੀਂ ਵੇਖੋ ਦੋਸਤੋ, ਥੱਬਿਆਂ ਦਾ ਥੱਬਾ ਜਿਹੜਾ ਕਰਮ ਵਾਲੀ ਵਾਲੀ ਬੈਠੀ ਆ, ਤੇ ਥਣ ਬਹੁਤ ਸਵਾਦੀ ਹੈ ਦੋਸਤੋ, ਠੀਕ ਹੈ ਜੀ। ਹਵਾਨੇ ਲੇਵੇ ਵਾਲੇ ਪਾਸਿਓਂ ਪੂਰੀ ਖਬਰਦਾਰ, ਆ ਦੇਖੋ। ਸੋ ਤਿਆਰੀ ਵਾਲੀ ਇਹ ਵੈੜ ਸੀ ਦੋਸਤੋ, ਤੇ ਫਿਲਹਾਲ ਜਿਹੜੀ ਇਹ ਸੇਲ ਹੋ ਚੁੱਕੀ ਆ। ਇੱਕ ਵਾਰੀ ਬਿਲਕੁਲ ਤੁਹਾਨੂੰ ਜਿਹੜੀ ਝਲਕ ਆਪਾਂ ਦਿਖਾ ਦਿੱਤੀ ਆ, ਪਸ਼ੂ ਇਸੇ ਤਰ੍ਹਾਂ ਦੇ ਆਉਂਦੇ ਰਹਿੰਦੇ ਆ। ਪਿਛਲੀਆਂ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਨੂੰ ਕਾਫੀ ਪਸ਼ੂ ਦਿਖਾਏ ਆ ਤੇ ਪੂਰੇ ਟੌਪ ਟੌਪ ਦੇ ਪਸ਼ੂ ਵੀਰ ਲੈ ਕੇ ਆਉਂਦਾ, ਤੇ ਰੇਟ ਪੜਤਾ ਬਿਲਕੁਲ ਜਾਇਜ਼ ਹੀ ਹੁੰਦਾ, ਜੈਨੂਇਨ ਹੀ ਹੁੰਦਾ, ਠੀਕ ਹੈ ਜੀ। ਤੇ ਗੁਰਲਾਲ, ਬਾਕੀ ਵੀਰ ਇਹ ਕੋਈ ਘਰੇਲੂ ਵੀਰ ਹੀ ਆਪਣਾ ਅੱਗੇ ਸੱਜਣ ਲੈ ਗਿਆ ਸੀ ਫਿਰ ਘਰੇ ਰੱਖਣੇ ਨੇ? ਸੰਧੂ ਸਾਹਿਬ ਚਲੋ ਉਹਨਾਂ ਦੇ ਆਖਿਆ ਆਪਾਂ ਘਰ ਰੱਖਣ ਨੂੰ ਲਈ ਆ, ਹਾਂਜੀ ਹਾਂਜੀ। ਬਾਕੀ ਹੋ ਸਕਦਾ ਕੋਈ ਵੀਰ ਵੇਚਦਾ ਵੀ ਹੋਵੇ ਜਿਹੜੀ ਗੱਲ, ਚਲੋ ਆਪਾਂ ਪਰਦਾ ਹੀ ਰਹਿੰਦੇ ਜਿਹੜੀ ਗੱਲ ਵਾ ਪਰਦਾ ਹੀ ਬਿਲਕੁਲ ਬਿਲਕੁਲ। ਹਾਂਜੀ ਹਾਂਜੀ, ਠੀਕ ਹੈ ਜੀ ਜੀ। ਲਓ ਦੱਸੋ ਇਹ ਵਿਕੀ ਹੋਈ ਆ ਵੈੜ, ਠੀਕ ਹੈ ਜੀ। ਇੱਕ ਵਿਖਾਉਣ ਦਾ ਪਰਪਸ ਇਹੋ ਸੀਗਾ ਵੀ ਬਹੁਤ ਖੂਬਸੂਰਤ ਆ, ਚੰਗੀ ਵੈੜ ਲੱਗੀ ਤੇ ਸੋਚਿਆ ਵੀ ਬਿਲਕੁਲ ਇਹਦੀ ਡਿਟੇਲ ਤੁਹਾਡੇ ਨਾਲ ਆਪਾਂ ਸਾਂਝੀ ਕਰਦੇ ਹਾਂ। ਗੁਰਲਾਲ, ਜਿਹੜੀ ਵੀਰ ਆਪਣੇ ਕੋਲ ਇਹ ਝੋਟੀ ਆ ਨੀਲੀ ਰਾਵੀ ਦੇ ਵਿੱਚ, ਹਾਂਜੀ ਹਾਂਜੀ ਸੰਧੂ ਸਾਹਿਬ, ਇਹਦੀ ਕੀ ਡਿਟੇਲ ਆ ਵੀਰ? ਇਹ ਸੰਧੂ ਸਾਹਿਬ ਦੂਜਾ ਸੂਏਅਰ ਕੀ ਸੁਣੀ ਆ। ਓਕੇ। ਦਿਨ ਅਜੇ 10 ਤੋਂ 12 ਲੈ ਜੂਗੀ। ਠੀਕ ਹੈ ਜੀ। ਹਾਂਜੀ, ਪਹਿਲੇ ਸੂਏ ਦਾ ਰਿਕਾਰਡ ਸੰਧੂ ਸਾਹਿਬ 8 9 ਕਿਲੋ ਤੋਂ ਇਹਨੇ ਦਿੱਤਾ, ਪਹਿਲੇ ਸੂਏ ਆਪਾਂ ਝੂਠ ਨਹੀਂ ਐਵੇਂ ਮਾਰਨਾ, ਹਾਂਜੀ ਵੀ ਇਹ ਆਪਾਂ ਕਹਿ ਦਈਏ 12 ਦਿੱਤਾ 13 ਦਿੱਤਾ ਉਹ ਗੱਲ ਨਹੀਂ ਆ। ਅੱਛਾ ਜੀ। 9 ਕਿਲੋ ਦੁੱਧ ਜਿਹੜਾ ਠੰਡਾ ਹੀ ਚੁੰਦੇ ਰਹੇ ਆ ਬੰਦੇ, ਉਹ ਆਂਦੇ ਅਸੀਂ ਬੱਚਾ ਵੀ ਨਹੀਂ ਥੱਲੇ ਛੱਡਿਆ, ਇੰਨੀ ਠੰਡੀ ਨਿਕਲੀ ਵੀ ਗੱਲ ਛੱਡ ਦੋ। ਹਾਂਜੀ, ਪਿਓਰ ਦੂਜਾ ਸੂਆ ਸੰਧੂ ਸਾਹਿਬ ਇਹ ਕੀ ਸੁਣੀ ਆ ਤੇ ਦਿਨ 10 12 ਲੈਂਦੀ ਹੈ। ਠੀਕ ਹੈ ਜੀ। ਹਾਂਜੀ ਹਾਂਜੀ। ਲਓ ਦੋਸਤੋ, ਦੂਜਾ ਸੂਆ ਇੱਕ ਵਾਰੀ ਤੁਹਾਨੂੰ ਥੋੜੀ ਜੀ ਬਾਡੀ ਬਣਤਰ ਦਿਖਾ ਦਿੰਨੇ ਆ, ਫੇਸ ਕੁਆਲਿਟੀ ਤੁਸੀਂ ਵੇਖ ਲਓ, ਠੀਕ ਹੈ ਜੀ। ਬਿਲਕੁਲ ਸਟੇਟ ਪਠਾ, ਬਿੱਲੀ ਮਣਕੀ ਆਖਾ, ਸਿੰਘ ਬਿਲਕੁਲ ਗੁਲਾਈ ਦੇ ਵਿੱਚ,
ਇੱਕ ਵਾਰੀ ਲੇਵਾ ਹਵਾਨਾ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ। ਦੂਜਾ ਸੂਆ ਇਹ ਸੂਣ ਵਾਲੀ ਹੈ, ਠੀਕ ਹੈ ਜੀ। ਸੋ ਪਹਿਲਾ ਸੂਆ ਵੀ ਇਹ ਦੱਸ ਰਿਹਾ ਵੀ 10 ਕੁ ਲੀਟਰ ਮਿਲਕ ਕਪੈਸਿਟੀ ਰਹੀ ਆ। ਆਹ ਦੇਖੋ ਜੀ, ਠੀਕ ਹੈ ਜੀ। ਸੋ ਥਣ ਥੁਣ ਬੜਾ ਵਧੀਆ ਦੋਸਤੋ, ਪਤਲੇ ਥਣ, ਬਿਲਕੁਲ ਸਪੇਸ ਵੰਡ ਚੰਗੀ ਆ ਅਤੇ ਹਾਈਟ ਮੀਡੀਅਮ ਦੇ ਵਿੱਚ ਅਤੇ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਇਹ ਦੋਸਤੋ ਝੋਟੀ ਆ। ਦੂਜਾ ਸੂਆ ਸੂਣ ਵਾਲੀ 10 ਕੁ ਦਿਨ ਘੱਟੋ ਘੱਟ ਲੈ ਜਾਊਗੀ। ਖੋਲ੍ਹ ਕੇ ਆਪਾਂ ਤੋਰ ਕੇ ਤੁਹਾਨੂੰ ਤਸੱਲੀ ਦੇ ਨਾਲ ਇੱਕ ਵਾਰੀ ਦਿਖਾ ਦਿੰਦੇ ਹਾਂ। ਸੋ ਜਿਹੜੇ ਵੀਰ ਨੂੰ ਪਸੰਦ ਆਊਗੀ, ਜਚੂਗੀ, ਉਹ ਤੁਸੀਂ ਵੀਰ ਗੁਰਲਾਲ ਦੇ ਨਾਲ ਜਿਹੜੀ ਦੋਸਤੋ ਗੱਲਬਾਤ ਕਰ ਲਿਓ, ਠੀਕ ਹੈ ਜੀ, ਸੌਦੇ ਬਾਰੇ। ਆਹ ਦੇਖੋ, ਸੋ 10 ਕੁ ਦਿਨ ਹਜੇ ਦੋਸਤੋ ਜਿੱਦਾਂ ਤੁਹਾਨੂੰ ਦੱਸਤਾ ਵੀ ਪੇਂਟਿੰਗ ਆ, 10 ਕੁ ਦਿਨ, 10 ਦਿਨਾਂ ਦੇ ਵਿੱਚ ਕਰਮਾਂ ਵਾਲੀ ਥੱਲਿਓਂ ਪੂਰੀ ਤਿਆਰ ਹੋ ਜੂਗੀ। ਸੋ ਲੇਵੇ ਹਵਾਨੇ ਦੀ ਸਾਫ਼ ਸੁਥਰੀ, 3 ਥਣ ਵਾਈਟ ਆ, 1 ਥਣ ਬਲੈਕ। ਲਓ ਦੋਸਤੋ, ਬਾਕੀ ਆਪਸੀ ਥਣਾਂ ਦੀ ਵੰਡ ਵੁੰਡ ਦੋਸਤੋ ਚੰਗੀ ਆ, ਠੀਕ ਆ ਜੀ। ਚੱਪੇ ਚੱਪੇ 'ਤੇ ਆਪਾਂ ਥਣ ਨੋਟ ਕਰਾ ਦਿੰਦੇ ਤੁਹਾਨੂੰ, ਠੀਕ ਆ ਜੀ। 4-4 ਉਂਗਲਾਂ ਦਾ ਗੈਪ ਆ ਵਿੱਚ ਅਤੇ ਚੰਗੀ ਆ। ਜਿੰਨੇ ਵੀ ਆ ਦੋਸਤੋ ਪਤਲੇ ਪਿੰਡੇ ਦੇ ਵਿੱਚ ਚੰਗੀ ਝੋਟੀ ਆ ਸਟੇਟ ਪਟੇ ਦੇ ਵਿੱਚ। ਸੋ ਬਹੁਤੇ ਵੀਰ ਲਾਈਕ ਕਰਦੇ ਆ, ਪਸੰਦ ਕਰਦੇ ਆ। ਜੇ ਕਦੇ ਪਸ਼ੂ ਨਿਕਲੇ ਇਹੋ ਜਿਹਾ ਤਾਂ ਜ਼ਰੂਰ ਖਰੀਦੀਏ। ਹੈਗੀ ਠੰਡੀ ਸੀਲ ਆ। ਇੱਕ ਵਾਰੀ ਉਲਟ ਬਹਿਣੀ ਵਾਲੀ ਸਾਈਡ ਤੋਂ ਆਪਾਂ ਤੁਹਾਨੂੰ ਥੋੜ੍ਹਾ ਜਿਹਾ ਹੋਰ ਦਿਖਾ ਦਈਏ ਥਣ ਲੇਵਾ। ਆਹ ਦੇਖੋ ਜੀ, ਠੀਕ ਆ। ਤੇ ਗੁਰਲਾਲ ਵੀਰੇ, ਕੀ ਮੰਗ, ਕੀ ਮੁੱਲ ਕਰਦੇ ਆ? ਮੰਗ ਤੇ ਸੰਧੂ ਸਾਹਿਬ, ਚਲੋ ਅੱਜ ਝੋਟੀ ਤਿਆਰ ਹੋਵੇ ਜਾਂ ਸੂਈ ਹੋਵੇ, ਫਿਰ ਤੇ ਭਲਾ 80-85 ਨੂੰ ਜਿੱਥੇ ਮਰਜ਼ੀ ਮਥਾ ਲਵਾ ਦਈਏ। ਅੱਜ ਆਪਾਂ ਜਿਹੜਾ ਜੈ ਜਾ ਰੇਟ ਕਰਨਾ 75,000 ਚੋਂ ਆਪਾਂ ਮਾਨ ਤਾਨ ਖੁੱਲਾ ਹੀ ਕਰ ਦੇਣਾ ਵਾ। ਚਲੋ ਭੈਣ ਭਰਾਵਾਂ ਨੇ ਸਾਂਭਣੀ ਆ 4 ਦਿਨ, ਇਹਦੇ ਸੰਧੂ ਸਾਹਿਬ ਭਾਰ ਪਿੱਛੇ ਦੀ ਥਣਾਂ ਦੀ ਫੁੱਲ ਗਰੰਟੀ ਹੋਊਗੀ। ਚਲੋ ਕੋਈ ਸੱਜਣ ਲਾਗੋਂ ਖਰੀਦਦਾ ਤੇ ਆਪਦੀ ਤਸੱਲੀ ਕਰਕੇ ਖੜੇ ਆਪਣੇ ਘਰੋਂ, ਤੇ ਜੇ ਕੋਈ ਦੂਰ ਦਾ ਭੈਣ ਭਰਾ ਖਰੀਦਦਾ ਆਪਦੇ ਘਰ ਲਵਾ ਕੇ ਤਸੱਲੀ ਨਾਲ ਤਿਪ ਕੇ ਫੇਰ ਪਈਏ ਦੇਵੇ, ਕੋਈ ਗੱਲ ਨੀ ਸੰਧੂ ਸਾਹਿਬ, ਪੈਸੇ ਤੇ ਚਲੋ ਜੇ ਆਪਣੀ ਤਸੱਲੀ ਕਰੇ ਕੋਈ ਗੱਲ ਨੀ, ਜਦੋਂ ਸੋਨੇ ਵਰਗੀ ਆਪਾਂ ਚੀਜ਼ ਲੈ ਕੇ ਜਾਣੀ ਆ ਤੇ ਆਪਾਂ ਨੂੰ ਚੀਜ਼ ਗੰਦੀ ਲੋੜ ਨੀ ਕੋਈ। ਬਿਲਕੁਲ ਬਿਲਕੁਲ, ਆਪਾਂ ਆਈ ਵੀਡੀਓ 'ਚ ਆਨੇ, ਪਹਿਲੀ ਗੱਲ ਆਪਣੇ ਘਰੇ ਆਓ ਤੇ ਨਹੀਂ ਤਾਂ ਜਿਹੜਾ ਵੀ ਭੈਣ ਭਰਾ ਮੰਗਾਉਂਦਾ ਵਾ ਆਪਦੇ ਘਰ ਤਸੱਲੀ ਕਰਕੇ ਆਪਾਂ ਨੂੰ ਫੇਰ ਪਈਏ ਦੋ, ਚਲੋ ਗਾਂ ਕੱਲ ਨਾਮ ਕਾਲਦਾ ਵਾ, ਪਾ ਭਰੇ ਖੱਲੜ ਵਾ, ਸਾਹ ਵਾਲੀਆਂ ਚੀਜ਼ਾਂ ਸੰਧੂ ਸਾਹਿਬ। ਬਿਲਕੁਲ, ਹਾਂਜੀ ਹਾਂਜੀ। ਦੋਸਤੋ 16 ਨੇ ਸੱਚੀ ਗੱਲ ਆ ਵੀਰ ਦੀ, ਠੀਕ ਆ ਜੀ। ਬਾਕੀ ਤਸੱਲੀ ਤੁਹਾਡਾ ਵੀ ਫਰਜ਼ ਬਣਦਾ, ਬਾਕੀ ਜਿਹੜਾ ਕੋਈ ਵੀਰ ਨਹੀਂ ਆ ਸਕਦਾ ਉਹ ਤੁਸੀਂ ਘਰ ਮੰਗਾ ਕੇ ਆਪਣੀ ਤਿੱਪਣ ਦੀ ਥਾਂ ਤਿੱਪ ਕੇ ਜਿਹੜਾ ਸੋਇਆ ਪਸ਼ੂ ਉਹਦਾ ਦੁੱਧ ਚੋ ਕੇ ਭਰਾ ਕੇ ਤਸੱਲੀ ਕਰਕੇ ਬਾਕੀ ਪੇਮੈਂਟ ਵੀਰਾਂ ਦਾ ਵੀ ਆਪਾਂ ਨੂੰ ਕਰ ਸਕਦੇ ਜੇ ਕੋਈ ਇਤਰਾਜ਼ ਨਹੀਂਗਾ, ਕਿਉਂਕਿ ਆਪਣੀ ਨਰਕ ਪਰਖ ਕਰਕੇ ਹੀ ਹਰ ਕੋਈ ਵੀਰ ਪਸ਼ੂ ਖਰੀਦਦਾ। ਇਹ ਅੱਜ 2 ਨਗ ਸੀ ਵੀਰ ਦੇ ਕੋਲ, ਠੀਕ ਆ ਜੀ। ਤੇ ਰੇਟ ਆਪਾਂ ਇਹਦਾ ਪੁੱਛ ਲੈਂਦੇ ਹਾਂ, ਗੁਰਲਾਲ ਦੇ ਕਿੰਨੇ ਦੀ ਦੇਵਾਂਗੇ ਵੀਰ? ਇਹ ਸੰਧੂ ਸਾਹਿਬ ਹਾਂ ਨਾ, ਜਿਹੜੀ 73,000 ਦੀ ਮੈਂ ਦੇ ਦਾਂਗੇ ਅੱਜ। 73,000, ਹਾਂਜੀ ਹਾਂਜੀ। ਮੁੱਲ ਭਲਾ 75-80 ਜੋ ਮਰਜ਼ੀ ਕਰੀਏ, ਸੂਈ ਸਵਾਈ ਝੋਟੀ ਆਪਾਂ 80,000 ਦੀ ਵੇਚਾਂਗੇ, ਠੀਕ ਆ ਜੀ। ਹਾਂਜੀ, ਦਿਨ 10-12 ਸਾਂਭਣੀ ਪੈਣੀ ਆ। ਚਲੋ ਤੁਹਾਨੂੰ ਵੀ ਪਤਾ ਵੀ ਜਾਤ ਪਾਤ ਵਾ ਝੋਟੀ ਕਰਮ ਵਾਲੀ, ਮੈਂ ਐਵੇਂ ਨਹੀਂ ਆਂਦਾ ਇਹਨੇ 15-16 ਕਿਲੋ ਦੇਣਾ। ਸੰਧੂ ਸਾਹਿਬ ਦੁੱਧ 10,000-11 ਕਿਲੋ ਠੰਡਾ ਹੀ ਦੇ ਜੂਗੀ ਝੋਟਾ, ਬਹੁਤ ਹੁੰਦਾ। ਹਾਂਜੀ, ਜਿਹੜੀ ਗੱਲ ਐਵੇਂ ਆਪਾਂ 5 ਕਿਲੋ ਬਾਲਟੀ 'ਚ ਪਾ ਕੇ ਉੱਠ ਕੇ ਬੜਾ ਬੜਾ ਦੁੱਧ ਹੁੰਦਾ ਸੰਧੂ ਸਾਹਿਬ ਜੀ। ਇਹਨੇ ਪਹਿਲੇ ਸੂਏ 9-9.5 ਕਿਲੋ ਦੁੱਧ ਦਿੱਤਾ ਵਾ, ਠੀਕ ਹੈ। ਜਿਹੜਾ ਦਿੱਤਾ ਆਪਾਂ ਉਹੀ ਕਹਿਣਾ, ਮੈਂ ਐਵੇਂ ਕਹਿੰਦਾ ਵੀ ਨੀਲੀ ਦੀ ਆ ਤੇ ਦੁੱਧ 15 ਕਿਲੋ ਦੇ ਗਈ, ਉਹ ਨਹੀਂ ਗੱਲ। ਦੂਜਾ ਸੂਆ ਪਿਓਰ ਸੋਣੀ ਆ, ਦੁੱਧ 10,000-11 ਕਿਲੋ ਦਊਗੀ। ਅੱਛਾ ਗੁਰਲਾਲ, ਐਗਜ਼ੈਕਟ ਜਿਹੜੇ ਦਿਨ ਪੁੱਛ ਲਏ ਸੀ ਵੀ 10 ਕੀ ਲਊਗੀ? ਸੰਧੂ ਸਾਹਿਬ 10-12 ਦੇ ਲਊਗੀ, ਉਹਨਾਂ ਦੇ ਲਿਖਿਆ ਦੇ ਹਿਸਾਬ ਨਾਲ। ਸੰਧੂ ਸਾਹਿਬ ਇਹਦੇ 11 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਤੇ ਆਪਾਂ ਮੰਨ ਕੇ ਚੱਲੀਏ ਵੀ ਦਿਹਾੜੀ ਡੰਗ ਉੱਤੇ ਵੀ ਖੜ ਸਕਦੀ, ਪਹਿਲਾਂ ਵੀ ਸੂ ਸਕਦੀ। ਹਾਂਜੀ, ਦਿਨ 10-12 ਜੇ ਮੰਨ ਲੈ ਜੀ। ਬਿਲਕੁਲ ਬਿਲਕੁਲ। ਲਓ ਦੋਸਤੋ, ਵੈਸੇ ਲਾਏ ਬਣਾਏ ਪਈ ਆ, ਕਿਲੋ ਖੰਡ ਲਾਇਆ ਵੀ ਕਰਮਾਲੀ ਨੇ ਤੇ ਲਾਉਣਾ ਤੁਹਾਨੂੰ ਪਤਾ ਹੀ ਆ ਦੋਸਤੋ, ਜਦੋਂ ਪਸ਼ੂ ਸਟਾਰਟ ਕਰਦੇ ਕੋਈ 8-10 ਦਿਨਾਂ ਦੇ ਵਿੱਚ ਵਿੱਚ
ਤਿਆਰੀ ਤੇ ਆ ਜਾਂਦਾ। ਠੀਕ ਆ, ਇਹ ਝੋਟੀ ਆ ਦੋਸਤੋ 73,000 ਦੀ ਜਿਹੜੀ ਇਹ ਝੋਟੀ ਮਿਲ ਜੂਗੀ ਤੁਹਾਨੂੰ 73,000 ਦੀ ਵਿੱਚੋਂ ਲੈਸ ਲੂਸ ਆ, ਪਿਆਰ ਮੁਹੱਬਤ ਜੋ ਵੀ ਵਿੱਚੋਂ ਮਾਣ ਤਾਣ ਛੋਟ ਛੱਪੇ ਆ, ਕੋਈ ਨੀ ਕੋਈ ਨੀ ਸਾਹਿਬ ਕਰਾਂਗੇ ਜ਼ਰੂਰ ਗੱਲ ਹੀ, ਕੋਈ ਨੀ। ਠੀਕ ਆ ਜੀ, ਸੋ ਬਾਕੀ ਝੋਟੀ ਸਾਰੀ ਚੰਗੀ ਆ, ਜਿਹੜੇ ਵੀਰ ਨੂੰ ਪਸੰਦ ਆ ਜਚੂਗੀ ਉਹ ਤੁਸੀਂ ਸੌਦਾ ਕਰ ਲਿਓ ਵੀਰ ਗੁਰਲਾਲ ਦੇ ਨਾਲ। ਤੇ ਇਹ ਦੋਸਤੋ ਅੱਜ ਦੋ ਨਾਗ ਹੀ ਤੁਹਾਨੂੰ ਦਿਖਾਉਣੇ ਸੀਗੇ, ਇੱਕ ਤਾਂ ਬਿਲਕੁਲ ਆਪਣੇ ਆਉਣ ਤੋਂ ਕੁਝ ਕੁ ਸਮਾਂ ਪਹਿਲਾਂ ਜਿਹੜੀ ਸੇਲ ਹੋ ਚੁੱਕੀ ਆ, ਬੜੀ ਪਿਆਰੀ ਸੀ ਵੀ, ਬਹੁਤ ਖੂਬਸੂਰਤ ਚੰਗੇ ਸਰੀਰਕ ਢਾਂਚੇ ਦੀ, ਥੱਲਿਓਂ ਤੁਸੀਂ ਵੇਖ ਸਕਦੇ ਜੇ ਪੰਡਾਂ ਦੀਆਂ ਪੰਡਾਂ ਵਾਲੀ ਬੈਠੀ ਕਰਮਾਂ ਵਾਲੀ, ਬੜਾ ਸੋਹਣਾ ਵਿਖਾਲਾ ਸੀਗਾ। ਠੀਕ ਆ ਜੀ, ਸੋ ਬਾਕੀ ਜਿਹਦੇ ਅਣਜਲ ਵਿੱਚ ਸੀਗੀ ਦੋਸਤੋ ਉਸ ਵੀਰ ਨੇ ਸੌਦਾ ਜਿਹੜਾ ਕਰ ਲਿਆ ਇਹਦਾ, ਇਹ ਸੇਲ ਹੋ ਚੁੱਕੀ ਆ। ਇਹਦੇ ਕਰਕੇ ਤੁਸੀਂ ਖਾਸ ਤੌਰ 'ਤੇ ਬੇਸ਼ੱਕ ਫੋਨ ਨਾ ਲਾਇਓ, ਹੋ ਸਕਦਾ ਵੀਰ ਨੇ ਘਰੇ ਰੱਖਣੀ ਹੋਵੇ, ਅਤੇ ਬਾਕੀ ਡਿਟੇਲ ਕੋਈ ਵਧੇਰੇ ਲੈਣੀ ਚਾਹੁੰਦਾ ਫਰਦਰ ਉਹ ਤੁਸੀਂ ਡਿਟੇਲ ਵਧੇਰੇ ਲੈ ਸਕਦੇ ਜੀ ਵੀਰ ਗੁਰਲਾਲ ਤੋਂ। ਗੁਰਲਾਲ ਇੱਕ ਨੰਬਰ ਵੀਰੇ ਆਪਣੇ ਬੋਲ ਦੇਗੇ, 82-71-84-97, ਦੂਜਾ ਨੰਬਰ ਸੰਧੂ ਸਾਹਿਬ 82-98-90-16-207। ਠੀਕ ਹੈ ਭਰਾ ਜੀ, ਹਾਂਜੀ। ਲਓ ਦੋਸਤੋ, ਇਹ ਸਨ ਮੇਰੇ ਨਾਲ ਵੀਰ ਗੁਰਲਾਲ। ਜਿੱਦਾਂ ਕਿ ਦੋਸਤੋ ਸਾਰੇ ਵੀਰਾਂ ਨੂੰ ਪਤਾ ਹੀ ਆ, ਪਸ਼ੂ ਆਉਂਦੇ ਆ ਇਸ ਕਿੱਲੇ ਦੇ ਉੱਪਰ, 5-4 ਪਸ਼ੂ ਆ ਡੇਲੀ ਰੂਟੀਨ ਦੇ ਵਿੱਚ ਤੁਹਾਨੂੰ ਨਵੇਂ ਵੇਖਣ ਦੇ ਵਿੱਚ ਮਿਲ ਜਾਂਦੇ ਆ, ਸੋ ਸਮੇਂ-ਸਮੇਂ ਨਾਲ ਤੁਸੀਂ ਆਪਣਾ ਕੰਟੈਕਟ ਬਣਾ ਕੇ ਰੱਖ ਲਿਆ ਕਰੋ। ਠੀਕ ਆ ਜੀ, ਪਸ਼ੂ ਬਿਲਕੁਲ ਜਾਇਜ਼ ਅਤੇ ਛੋਟੇ ਭਾਅ ਪੜਤੇ 'ਤੇ ਤੁਹਾਨੂੰ ਪ੍ਰੋਵਾਈਡ ਵੀਰ ਕਰਵਾ ਦਿੰਦਾ। ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸੰਧੂ ਸਾਹਿਬ।